ਫਿਲਮ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਜ਼ਰੀਏ ਰੂਬਰੂ ਕਰਵਾਉਣ ਜਾ ਰਹੇ ਹਾਂ ਜੀ, ਜਿਹੜੇ ਬਹੁਤ ਸਾਰੀਆਂ ਫਿਲਮਾਂ ਨੂੰ ਪ੍ਰੋਡਿਊਸ ਕਰਦੇ ਨੇ। ਪ੍ਰੋਡਿਊਸਰ ਓਹਰੀ ਜੀ ਸਾਡੇ ਨਾਲ ਬੈਠੇ ਨੇ। ਸੋ ਸਾਡੇ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਤੇ ਇਸ ਸਿਨੇਮਾ ਲਾਈਨ ਦੇ ਬਾਰੇ, ਉਹਨਾਂ ਦਾ ਜੋ ਵੀ ਐਕਸਪੀਰੀਅੰਸ ਆ, ਉਹ ਸਾਡੇ ਨਾਲ ਸਾਂਝਾ ਕਰਨਗੇ। ਦਰਸ਼ਕਾਂ ਨੂੰ ਦੱਸ ਦਈਏ ਕਿ ਫਿਲਮ ਦੇ ਵਿੱਚ ਸਭ ਤੋਂ ਅਹਿਮ ਜਿੰਨੀਆਂ ਚੀਜ਼ਾਂ ਹੋਰ ਹੁੰਦੀਆਂ ਨੇ, ਉਹਨਾਂ ਦੇ ਨਾਲ ਹੀ ਸਭ ਤੋਂ ਜ਼ਰੂਰੀ ਹੁੰਦਾ ਹੈ ਫਿਲਮ ਦੇ ਪਿੱਛੇ ਲੱਗਣ ਵਾਲਾ ਪੈਸਾ। ਸੋ ਉਹ ਪੈਸਾ ਕਿੱਥੋਂ ਆਉਂਦਾ ਹੈ, ਕਿਵੇਂ ਲੱਗਦਾ ਹੈ ਤੇ ਕੌਣ ਲਾਉਣ ਵਾਲੇ ਨੇ, ਕਿਉਂ ਲਗਾਇਆ ਜਾਂਦਾ ਉਹ ਪੈਸਾ ਤੇ ਫਿਲਮ ਨੂੰ ਪ੍ਰੋਡਿਊਸ ਕਰਨ ਦੇ ਪਿੱਛੇ ਪ੍ਰੋਡਿਊਸਰ ਦਾ ਮਕਸਦ ਕੀ ਹੁੰਦਾ, ਇਹਦੇ ਬਾਰੇ ਵੀ ਅਸੀਂ ਸਰ ਨਾਲ ਗੱਲ ਕਰਾਂਗੇ ਜੀ। ਸੋ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲਾਂ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਥੋੜਾ ਜਿਹਾ ਦੱਸੋ। ਮੇਰਾ ਨਾਮ ਵਿਵੇਕ ਓਹਰੀ ਹੈ ਤੇ ਮੇਰਾ ਇੱਕ ਪੰਜਾਬੀ ਫਿਲਮਾਂ ਬਣਾਉਣ ਦਾ ਪ੍ਰੋਡਕਸ਼ਨ ਹਾਊਸ ਹੈ, ਓਹਰੀ ਪ੍ਰੋਡਕਸ਼ਨਸ ਪ੍ਰਾਈਵੇਟ ਲਿਮਿਟਿਡ ਜੀ। ਤੇ ਅਸੀਂ ਇਸ ਬਿਜ਼ਨਸ ਦੇ ਨਾਲ ਪਿਛਲੇ 9 ਸਾਲ ਤੋਂ ਜੁੜੇ ਹਾਂ ਜੀ। ਤੇ ਅਪਰੋਕਸੀਮੇਟਲੀ 10 ਫਿਲਮਾਂ ਆਪ ਖੁਦ ਪ੍ਰੋਡਿਊਸ ਕੀਤੀਆਂ ਹੈਗੀਆਂ ਜੀ ਤੇ ਡਿਸਟ੍ਰੀਬਿਊਟ ਤਾਂ 25-30 ਫਿਲਮਾਂ ਕਰ ਚੁੱਕੇ ਹਾਂ, ਕਿਉਂਕਿ ਅਸੀਂ ਇਕੱਲੇ ਪ੍ਰੋਡਕਸ਼ਨ ਹਾਊਸ ਨਹੀਂ ਹੈ, ਡਿਸਟ੍ਰੀਬਿਊਸ਼ਨ ਵੀ ਕਰਦੇ ਹਾਂ ਜੀ ਤੇ ਮਿਊਜ਼ਿਕ ਕੰਪਨੀ ਵੀ ਹੈ। ਤੇ ਇਨ ਦੈਟ ਵੇ ਜੇ ਕਿਸੇ ਨੇ ਪ੍ਰੋਡਕਸ਼ਨ ਹਾਊਸ ਚਲਾਉਣਾ ਹੈਗਾ ਤੇ ਨਾਲ ਨਾਲ ਉਹਨੂੰ ਨਾਲ ਦੀ ਸਰਵਿਸ ਐਂਸਿਲਰੀ ਚੀਜ਼ਾਂ ਵੀ ਨਾਲ ਜੋੜਨੀਆਂ ਪੈਂਦੀਆਂ, ਜਿਸ ਤਰ੍ਹਾਂ ਅਸੀਂ ਡਿਸਟ੍ਰੀਬਿਊਸ਼ਨ ਜੋੜਿਆ, ਮਿਊਜ਼ਿਕ ਜੋੜਿਆ, ਕਿਉਂਕਿ ਤੁਹਾਨੂੰ ਇੱਕ ਸਕਸੈਸਫੁਲ ਪ੍ਰੋਡਕਸ਼ਨ ਹਾਊਸ ਬਣਾਉਣ ਲਈ ਤੇ ਇਹ ਸਪੋਰਟ ਨਾਲ ਕੰਪਨੀ ਦੀ ਜਾਂ ਟੀਮ ਦੀ ਬਹੁਤ ਜ਼ਰੂਰੀ ਹੈ ਜੀ। ਸਰ, ਤੁਸੀਂ ਇਹਦੇ ਲਈ ਕੋਈ ਸਟੂਡੀਓ ਵੀ ਬਣਾ ਰੱਖਿਆ ਆਪਣੇ ਪ੍ਰੋਡਕਸ਼ਨ ਹਾਊਸ ਦੇ ਅੰਡਰ? ਨਹੀਂ, ਹਜੇ ਨਹੀਂ, ਸਟੂਡੀਓ ਤਾਂ ਨਹੀਂ ਬਣਾਇਆ, ਕਿਉਂਕਿ ਡੇ ਬਾਈ ਡੇ ਟੈਕਨੋਲੋਜੀ ਬਹੁਤ ਐਡਵਾਂਸ ਹੋਈ ਜਾ ਰਹੀ ਹੈ। ਜਿਹੜੇ ਸਟੂਡੀਓ ਅੱਜ ਤੋਂ 5 ਸਾਲ ਪਹਿਲੇ ਸੀਗੇ, ਉਹ ਸਟੂਡੀਓ ਦੇ ਵਿੱਚ ਜਿਹੜੇ ਇਕਵਿਪਮੈਂਟ ਸੀਗੇ, ਉਹ ਟਾਈਮ ਦੇ ਨਾਲ ਚੇਂਜਸ ਹੋਈ ਜਾ ਰਹੀਆਂ ਹੈਗੀਆਂ ਤੇ ਪੋਸਟ ਪ੍ਰੋਡਕਸ਼ਨ ਦੇ ਟੈਕਨੀਕਾਂ ਬਦਲੀ ਜਾ ਰਹੀਆਂ, ਕਲਰਿੰਗ ਦੀਆਂ ਟੈਕਨੀਕਸ ਬਦਲੀ ਜਾ ਰਹੀਆਂ, VFX ਦੇ ਨਵੇਂ ਨਵੇਂ ਮੈਥਡਸ ਅਡੋਪਟ ਕੀਤੇ ਜਾ ਰਹੇ ਆ, ਸੋਫਟਵੇਅਰ ਨਵੇਂ ਨਵੇਂ ਆ ਰਹੇ ਆ। ਸੋ ਉਹ ਇੱਕ ਆਪਣੇ ਆਪ ਚ ਇੱਕ ਡਿਫਰੈਂਟ ਬਿਜ਼ਨਸ ਵਰਟੀਕਲ ਹੈ, ਜਿਹੜਾ ਕਿ ਇੱਕ ਪ੍ਰੋਫੈਸ਼ਨਲ ਬੰਦਾ ਹੀ ਉਹਨੂੰ ਐਜ਼ ਇੱਕ ਡਿਫਰੈਂਟ ਬਿਜ਼ਨਸ ਹੀ ਹੈਗਾ, ਜਿਹੜਾ ਕਿ ਉਹ ਟਾਈਮ ਦੇ ਨਾਲ ਚੇਂਜਸ ਕਰਕੇ ਉਹ ਐਜ਼ ਅ ਸਟੂਡੀਓ ਰਨ ਕਰ ਸਕੇ। ਲੋਕ ਕਈ ਵਾਰ ਹੁਣ ਪ੍ਰੋਡਕਸ਼ਨ ਹੈ, ਡਿਸਟ੍ਰੀਬਿਊਸ਼ਨ ਹੈ, ਮਿਊਜ਼ਿਕ ਹੈ, ਉਹਨੂੰ ਐਜ਼ ਅ ਲੋਕ ਸਟੂਡੀਓ ਕਹਿ ਦਿੰਦੇ ਆ ਕਿ ਐਜ਼ ਅ ਸਟੂਡੀਓ ਇਜ਼ ਜੀ ਸਟੂਡੀਓ ਜੀ। ਉਹ ਸਟੂਡੀਓ ਇੱਕ ਮੇਰੇ ਹਿਸਾਬ ਨਾਲ ਸਟੂਡੀਓ ਤੋਂ ਉਹ ਹੁੰਦਾ ਹੈ ਕਿ ਇੱਕ ਫਿਜ਼ੀਕਲ ਫਾਰਮ, ਪੋਸਟ ਪ੍ਰੋਡਕਸ਼ਨ ਸਟੂਡੀਓ ਹੋ ਗਿਆ, ਡਬਿੰਗ ਸਟੂਡੀਓ ਹੋ ਗਿਆ। ਮੇਰੇ ਹਿਸਾਬ ਨਾਲ ਲੋਕ ਅੱਜ ਕੱਲ ਹੁਣ ਇੱਕ ਆਪਣੇ ਟ੍ਰੇਡ ਦੇ ਵਿੱਚ ਬਣਿਆ ਹੋਇਆ, ਜਿਹੜੇ 3-3 ਚੀਜ਼ਾਂ ਦੇ ਵਿੱਚ ਜੁੜੇ ਹੋਏ ਆ, ਤੇ ਉਹਨੂੰ ਐਜ਼ ਅ ਸਟੂਡੀਓ ਕਰ ਦਿੰਦੇ ਕਿ 3 ਬਿਜ਼ਨਸ ਵਰਟੀਕਲ ਹੈ ਤਾਂ ਉਹ ਸਟੂਡੀਓ ਹੋ ਗਿਆ। ਚਲੋ ਉਹ ਤਾਂ ਟ੍ਰੇਡ ਦੇ ਨਾਲ ਹੈ, ਤੈਨੂੰ ਕਿਉਂ ਇੰਨਾ ਫਰਕ ਪੈਂਦਾ। ਤੇ ਪੰਜਾਬੀ ਸਿਨੇਮਾ ਚੰਗਾ ਗਰੋ ਕਰ ਰਿਹਾ, ਅੱਜ ਤੋਂ 7-8 ਸਾਲ ਪਹਿਲੇ ਸਾਰੀ 20-25 ਫਿਲਮਾਂ ਬਣਦੀਆਂ ਸੀਗੀਆਂ, ਹੁਣ 60-70 ਫਿਲਮਾਂ ਇੱਕ ਸਾਲ ਚ ਬਣ ਰਹੀਆਂ, ਸ਼ਾਇਦ ਇਸ ਸਾਲ 80 ਫਿਲਮਾਂ ਹੀ ਹੁਣ ਬਣ ਰਹੀਆਂ। ਜਿਹੜੀ ਮੇਨ ਦਿੱਕਤ ਕਿੱਥੇ ਆ ਰਹੀ ਹੈਗੀ ਹੈ ਕਿ ਦਿੱਕਤ ਇਹ ਆ ਰਹੀ ਹੈ ਕਿ ਹਰ ਚੀਜ਼, ਹਰ ਇੰਡਸਟਰੀ ਟਾਈਮ ਨਾਲ ਗਰੋ ਕਰਦੀ ਹੈ। ਪੰਜਾਬੀ ਸਿਨੇਮਾ ਵੀ ਗਰੋ ਕੀਤਾ ਹੈਗਾ ਤੇ ਨਵੇਂ ਕਲਾਕਾਰ ਵੀ ਬਹੁਤ ਆ ਗਏ ਆ, ਨਵੇਂ ਡਾਇਰੈਕਟਰ ਬਹੁਤ ਆ ਗਏ, ਨਵੇਂ ਪ੍ਰੋਡਿਊਸਰਸ ਬਹੁਤ ਆ ਗਏ। ਬਟ ਮੇਰੀ ਕੋਈ ਗੁਜ਼ਾਰਿਸ਼ ਹੈ ਨਵੇਂ ਪ੍ਰੋਡਿਊਸਰਸ ਜਿਹੜੇ ਆਉਂਦੇ ਆ, ਕਿਉਂਕਿ ਉਹਨਾਂ ਨੂੰ ਪੂਰਾ ਸਿਨੇਮੇ ਦਾ
ਐਂਡ ਰੂਪ ਨਹੀਂ ਪਤਾ ਹੁੰਦਾ ਕਿ ਅੱਜ ਫਿਲਮ ਬਣਾ ਰਿਹਾ ਕੋਈ, ਮੈਂ ਕਹਿੰਦਾ 3 ਕਰੋੜ ਦੀ ਫਿਲਮ ਬਣਾ ਰਿਹਾ ਤੇ ਔਰ ਬਾਅਦ ਦੇ ਵਿੱਚ ਉੱਥੇ ਪੀ ਐਂਡ ਏ ਤੇ 70-80 ਲੱਖ ਲੱਗਣਾ ਜਾਂ ਕਰੋੜ ਰੁਪਇਆ ਲੱਗਣਾ ਪੀ ਐਂਡ ਏ ਤੇ, 4 ਕਰੋੜ ਰੁਪਏ ਦਾ ਐਕਸਪੋਜਰ ਉਹਦਾ ਹੋ ਜਾਂਦਾ ਹੈਗਾ ਤੇ ਉਹਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਮੇਰੇ 4 ਕਰੋੜ ਦਾ ਬ੍ਰੇਕ ਈਵਨ ਕੀ ਹੈ, ਉਹਨੂੰ ਪਤਾ ਉਦੋਂ ਲੱਗਦਾ ਜਦੋਂ ਕਿ ਜਦੋਂ 3 ਕਰੋੜ ਦੀ ਫਿਲਮ ਬਣਾ ਚੁੱਕਾ ਹੁੰਦਾ ਤੇ ਉਹ ਫਿਰ ਡਿਸਟ੍ਰੀਬਿਊਟਰ ਹੋ ਜਾਂਦਾ, ਡਿਸਟ੍ਰੀਬਿਊਟਰ ਹੋ ਜਾਂਦਾ ਉਹਨੂੰ ਫਿਰ ਪਤਾ ਲੱਗਦਾ ਕਿ ਇਹ ਸਿਨੇਮਾ ਲਾਈਨ ਦੇ ਬਿਜ਼ਨਸ ਸਟੈਟਿਸਟਿਕਸ ਕੀ ਹੈ ਕਿ ਇੱਥੇ ਤਾਂ ਜੇ 10 ਕਰੋੜ ਦਾ ਬਾਕਸ ਆਫਿਸ ਹੋਊਗਾ ਤੇ ਤਦ ਉਹਦੇ 4 ਕਰੋੜ ਕਵਰ ਹੋਣਾ, ਉਹਦਾ ਤੱਕ ਉਹਨੂੰ ਬਿਜ਼ਨਸ ਉਹਨਾਂ ਇਹੀ ਹੁੰਦਾ ਕਿ 3 ਕਰੋੜ ਲਗਾਏ ਤੇ 3 ਕਰੋੜ ਦੀ ਟਿਕਟ ਸੇਲ ਹੋ ਗਈ ਤਾਂ ਤੇ ਮੇਰਾ ਬ੍ਰੇਕ ਈਵਨ ਹੋ ਜਾਣਾ, ਜਦਕਿ ਇੰਡਸਟਰੀ ਔਰ ਟ੍ਰੇਡ ਬਿਲਕੁਲ ਡਿਫਰੈਂਟ ਹੈਗਾ, ਉਹ ਆਪਣੀ ਫੀਲਡ ਤੋਂ ਅਲੱਗ ਹੋ ਕੇ ਇੱਕ ਨਵਾਂ ਬਿਜ਼ਨਸ ਕਰ ਰਿਹਾ ਹੁੰਦਾ ਤੇ ਉਸ ਕਰਕੇ ਉਹਨੂੰ ਟ੍ਰੇਡ ਦੀ ਪੂਰੀ ਬਰੀਕੀ ਦੇ ਵਿੱਚ ਉਹ ਜਾਣਦਾ ਨਹੀਂ ਹੈ, ਜੋ ਕੋਈ ਉਹਨੂੰ ਮਿਲਦਾ ਜੋ ਕੋਈ ਉਹਨੂੰ ਦੱਸਦਾ ਉਹ ਗੱਲਾਂ ਤੇ ਯਕੀਨ ਦੇ ਨਾਲ ਹੀ ਉਹ ਫਿਲਮ ਬਣਾ ਲੈਂਦਾ ਤੇ ਔਰ ਜਿਹਦੇ ਨਾਲ ਹੁੰਦਾ ਕੀ ਹੈ ਫਿਲਮਾਂ ਬਹੁਤ ਬਣਨ ਲੱਗ ਪਈਆਂ, ਆਰਟਿਸਟਾਂ ਦੇ ਰੇਟ ਬਹੁਤ ਹੋ ਗਏ ਹੈ ਔਰ ਬਾਕਸ ਆਫਿਸ ਵੀ ਵਧੀਆ ਹੈਗਾ, ਬਟ ਸਕਸੈਸ ਪਰਸੈਂਟੇਜ ਪਹਿਲੇ ਵੀ 10-15% ਫਿਲਮਾਂ ਦੀ ਸੀਗੀ, ਅੱਜ ਵੀ ਉਹ 15% ਹੈਗੀ ਹੈ, ਸਕਸੈਸ ਪਰਸੈਂਟੇਜ 15-20 ਹੋ ਗਈ ਹੋਊਗੀ, 80% ਫਿਲਮਾਂ ਲੋਸ ਦੇ ਵਿੱਚ ਹੈਗੀਆਂ ਜਿਹੜੇ ਕਿ ਪ੍ਰੋਡਿਊਸਰਸ ਲੋਸ ਖਾ ਰਹੇ ਹੈਗੇ, ਚਾਹੇ ਉਹ ਆਪਣੀ ਗਲਤੀਆਂ ਕਰਕੇ ਖਾ ਰਹੇ, ਚਾਹੇ ਉਹ ਗੁੰਮਰਾਹ ਹੋ ਰਹੇ, ਚਾਹੇ ਉਹ ਮੈਨੂੰ ਨੀ ਪਤਾ ਕਿ ਮੇਰੇ ਹਿਸਾਬ ਨਾਲ ਕੋਈ ਵੀ ਬਿਜ਼ਨਸ ਕਰਨਾ ਚਾਹੀਦਾ ਉਹਦਾ ਹੋਮਵਰਕ ਕਰਨਾ ਬਹੁਤ ਜ਼ਰੂਰੀ, ਉਹਦੀ ਨੌਲੇਜ ਲੈਣੀ ਬਹੁਤ ਜ਼ਰੂਰੀ ਹੈ, ਜਾਂ ਕਿਸੇ ਜੈਨੂਇਨ ਬੰਦੇ ਨੂੰ ਨਾਲ ਇਨਵੋਲਵ ਕਰਕੇ ਉਹਦੇ ਨਾਲ ਅੱਗੇ ਵਧਿਆ ਜਾਵੇ ਤੇ ਇਹ ਇੰਡਸਟਰੀ ਤਦੀ ਅੱਗੇ ਹੋਰ ਵੱਧ ਸਕਦੀ ਹੈ ਔਰ ਮੇਰੇ ਹਿਸਾਬ ਨਾਲ ਬਹੁਤ ਸਕੋਪ ਹੈ, ਔਰ ਲੋਕ ਕੰਟੈਂਟ ਵੱਲ ਧਿਆਨ ਦੇਣ, ਰਾਈਟਰਸ ਵੱਲ ਧਿਆਨ ਦੇਣ ਕਿ ਰਾਈਟਰਸ ਲੋ, ਬਟ ਸਟਾਰਟਅਪ ਦੇ ਮਗਰ ਨਵੇਂ ਕੰਟੈਂਟ ਹੀ ਬਾਪ ਹੈ ਮੇਰੇ ਹਿਸਾਬ ਨਾਲ, ਕੰਟੈਂਟ ਹੀ ਚੱਲਦਾ, ਸਬਜੈਕਟ ਵੱਲ ਜਿਆਦਾ ਧਿਆਨ ਦਿੱਤੇ ਜਾਵੇ ਜਿਆਦਾ ਚੰਗਾ ਮੇਰੇ ਹਿਸਾਬ ਨਾਲ, ਕਿਉਂਕਿ ਲੋਕ ਵੀ ਹੁਣ ਉਹਨਾਂ ਦੇ ਜਿਹੜੇ ਟ੍ਰੈਂਡਸ ਨੇ ਉਹਨਾਂ ਦੀ ਐਸਥੈਟਿਕ ਹੈ ਜੋ ਵਿਜ਼ਨ ਹੈ ਉਹਨਾਂ ਦਾ ਉਹ ਵੀ ਬਦਲ ਰਿਹਾ ਹੈ, ਹਾਂ ਸਟੈਟਿਕਸ ਵੀ ਬਦਲ ਰਹੇ ਔਰ ਮੇਰੇ ਹਿਸਾਬ ਨਾਲ ਟਾਈਮ ਨਾਲ ਸਟੋਰੀਆਂ ਵੀ ਬਦਲਦੀਆਂ ਰਹਿੰਦੀਆਂ ਕਿ ਜ਼ੋਨ ਬਦਲਦਾ ਰਹਿੰਦਾ, ਜੈਨੂਅਲ ਬਦਲਦਾ ਰਹਿੰਦਾ ਹੈਗਾ, ਕਾਮੇਡੀ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਕਾਫੀ ਸਾਲਾਂ ਤੋਂ ਹੀ ਚੱਲ ਰਹੀ ਹੈ ਔਰ ਚੱਲਦੀ ਰਹੂਗੀ, ਇਹ ਖਤਮ ਨਹੀਂ ਹੋਊਗੀ, ਬਟ ਚੰਗੀ ਕਾਮੇਡੀ ਹੀ ਚੱਲੂਗੀ ਤੇ ਮੇਰੇ ਹਿਸਾਬ ਨਾਲ ਕੰਟੈਂਟ ਕਹਾਣੀ ਔਰ ਸਕ੍ਰੀਨ ਪਲੇ ਤੇ ਜ਼ਿਆਦਾ ਧਿਆਨ ਦੇਣ ਤੇ ਸਿਨੇਮੇ ਚ ਬਹੁਤ ਸਕੋਪ ਹੈ, ਚੰਗੀ ਫਿਲਮ ਚੱਲਦੀ ਹੈ ਕੋਈ ਇਹਦਾ ਮਾਧਿਅਮ ਨਹੀਂ ਹੈ ਕਿ ਉਹ ਚਾਹੇ ਅਸੀਂ ਬਣਾਈ ਹੈ ਚਾਹੇ ਕੋਈ ਨਵੇਂ ਪ੍ਰੋਡਿਊਸਰ ਨੇ ਬਣਾਈ ਹੈ, ਇਸ ਲਈ ਲੋਕ ਜਿਹੜੇ ਦੇਖਣ ਜਾਂਦੇ ਆ ਕੋਈ ਡਾਇਰੈਕਟਰ ਦਾ ਨਾਮ ਨਹੀਂ ਪੜਦਾ, ਕੋਈ ਪ੍ਰੋਡਿਊਸਰ ਦਾ ਨਾਮ ਨਹੀਂ ਪੜਦਾ, ਇਹ ਆਪਣੇ ਆਪ ਦੇ ਵਿੱਚ ਆਮ ਬੰਦੇ ਨੂੰ ਵਹਿਮ ਹੈ ਕਿ ਮੈਂ ਓਰੀ ਪ੍ਰੋਡਕਸ਼ਨ ਦਾ ਮਾਲਿਕ ਹੈ, ਉਹ ਮੇਰੇ ਅੰਦਰ ਆਪਣੇ ਹੈਗਾ, ਬਟ ਆਮ ਜਨਤਾ ਨੂੰ ਕੋਈ ਧਰਮਾ ਯਸ਼ਰਾਜ ਜਾਂ ਓਰੀ ਜਾਂ ਫਲਾਨਾ ਕਿਸੇ ਕੋਈ ਪ੍ਰੋਡਕਸ਼ਨ ਹਾਊਸ ਦੇ ਨਾਲ ਲੋਕ ਨਹੀਂ ਜਾਂਦੇ, ਲੋਕੀ ਟ੍ਰੇਲਰ ਦੇਖ ਕੇ ਜਾਂਦੇ ਕਿ ਟ੍ਰੇਲਰ ਕਿਹਨੇ ਬਣਾਇਆ, ਇਹ ਜ਼ਰੂਰ ਗੱਲ ਹੈ ਕਿ ਜਿਹੜੇ ਰੈਗੂਲਰ ਪਿਕਚਰਾਂ ਕਰਦੇ ਉਹ ਗਲਤੀਆਂ ਖਾ ਕੇ ਆਪਣੀ ਗਲਤੀਆਂ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਕਿ ਸਬਜੈਕਟ ਚੁਣਨ ਨੂੰ ਕਿ ਲੋਕਾਂ ਦੇ ਨੇੜੇ ਦਾ ਜਾਂ ਲੋਕੀ ਜਿਹੜੇ ਪਸੰਦ ਕਰਨਗੇ ਉਹ ਜੱਜਮੈਂਟ ਇਸ ਹਿਸਾਬ ਦੀ ਪਿਕਅਪ ਕਰਦੇ ਕਿ ਇਹ ਲੋਕਾਂ ਅੱਜ ਦੇ ਦੌਰ ਵਿੱਚ ਇਹ ਸਬਜੈਕਟ ਚੱਲੂਗਾ, ਬਟ ਉਹ ਜੱਜਮੈਂਟ ਵੀ ਮੇਰੇ ਹਿਸਾਬ ਨਾਲ ਰੋਂਗ ਹੋ ਜਾਂਦੀ ਹੈ, ਕਿਉਂਕਿ ਨਾ ਉਹ ਜੱਜ ਕਰਨਾ ਕਿ ਆਹ ਲੋਕਾਂ ਨੂੰ ਪਸੰਦ ਆਊਗਾ ਇਹ ਜੱਜ ਕਰਨਾ ਬਹੁਤ ਮੁਸ਼ਕਿਲ ਆ, ਕਿਸੇ ਕੋਲ ਨੀ ਅੱਜ ਤੱਕ ਜੱਜ ਹੋਇਆ, ਜੇ ਇਹ ਜੱਜ ਹੋ ਜਾਵੇ ਤਾਂ ਫਿਰ ਫਿਲਮ ਮੇਕਿੰਗ ਦੀ ਜਿਹੜੀ ਬਿਊਟੀ ਹੈ ਜਿਹੜੀ ਫਿਲਮ ਮੇਕਿੰਗ ਦੀ ਸਕਸੈਸ ਪਰਸੈਂਟੇਜ ਹੈ ਉਹ ਬਹੁਤ ਵੱਧ ਜਾਵੇ, ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਗਲਤੀਆਂ ਕਰ ਜਾਂਦੇ, ਕਿਉਂਕਿ ਨਾ ਇੱਕ ਆਮ ਬੰਦਾ ਕੀ ਸੋਚ ਰਿਹਾ ਉਹ ਸਮਝਣਾ ਬਹੁਤ ਮੁਸ਼ਕਿਲ ਆ। ਸਰ ਜਦੋਂ ਤੁਸੀਂ ਪ੍ਰੋਡਕਸ਼ਨ ਲਾਈਨ ਦੇ ਵਿੱਚ ਆਏ ਹੋ ਕੀ ਸੋਚ ਕੇ ਆਏ ਸੀਗੇ, ਕੀ ਇੰਟਰਸਟ ਸੀਗੇ ਤੁਹਾਡੇ ਪ੍ਰੋਡਕਸ਼ਨ ਲਾਈਨ ਦੇ ਵਿੱਚ? ਪ੍ਰੋਡਕਸ਼ਨ ਲਾਈਨ ਦੇ ਆਉਂਦਾ ਤਾਂ ਕੋਈ ਏਦਾਂ ਜਿਸ ਤਰ੍ਹਾਂ ਆਮ ਪ੍ਰੋਡਿਊਸਰਸ ਆਉਂਦੇ ਹੈਗੇ, ਪੈਸ਼ਨ ਤਾਂ ਬਹੁਤ ਸੀਗਾ ਕਿ ਕਿਉਂਕਿ ਮੈਂ ਫਿਲਮਾਂ ਬਹੁਤ ਦੇਖਦਾ ਹੁੰਦਾ ਸੀਗਾ ਤੇ ਅੰਦਰੋਂ ਕੀੜਾ ਤਾਂ ਸੀਗਾ ਕਿ ਕਦੀ ਆਪ ਫਿਲਮ ਬਣਾਵਾਂਗੇ, ਮੌਕਾ ਮਿਲਿਆ ਤੇ
ਅਸੀਂ ਮੇਲ ਕਰਾਦੇ ਰੱਬਾ ਤੋਂ ਆਪਣੇ ਕੈਰੀਅਰ ਐਜ਼ ਅ ਫਿਲਮ ਪ੍ਰੋਡਕਸ਼ਨ ਆਫਿਸਰ ਸਟਾਰਟ ਕੀਤਾ 2009 ਤੋਂ। ਹਾਂਜੀ, ਮੇਰੇ ਨਾਲ ਪਾਰਟਨਰ ਸੀ ਬਤਰਾ ਜੀ, ਉਹਨਾਂ ਨਾਲ ਜੁਆਇੰਟ ਦੇ ਵਿੱਚ ਕੰਮ ਕੀਤਾ। ਅਸੀਂ ਉਸ ਤੋਂ ਬਾਅਦ ਫਿਰ ਸਕਸੈਸ ਵੀ ਦੇਖੀ, ਖਰਾਬ ਪੀਰੀਅਡ ਵੀ ਦੇਖਿਆ, ਦੋਨੋਂ ਦੌਰ ਦੇਖੇ, ਖਰਾਬ ਫਿਲਮਾਂ ਵੀ ਦੇਖੀਆਂ। ਬਟ ਖਰਾਬ ਫਿਲਮ ਇੱਕ ਖਰਾਬ ਫਿਲਮ ਜੋ ਤਿੰਨ ਚੰਗੀਆਂ ਫਿਲਮਾਂ ਨੂੰ ਵੀ ਅਫੈਕਟ ਕਰਦੀ ਹੈ, ਤੁਹਾਡੀ ਫਾਈਨੈਂਸ਼ੀਅਲ ਹੈਲਥ ਨੂੰ ਬੈਨੀ ਅਫੈਕਟ ਕਰਦੀ ਹੈ, ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਦੇ ਕੇ ਜਾਂਦੀ ਹੈ ਜੇ ਖਰਾਬ ਫਿਲਮ ਕੋਈ ਵੀ ਤੁਸੀਂ ਗਲਤ ਚੂਜ਼ ਕਰਦੇ ਹੋ। ਪਹਿਲੀ ਵਾਰ ਤੁਸੀਂ ਪੰਜਾਬੀ ਸਿਨੇਮਾ ਤੋਂ ਸ਼ੁਰੂਆਤ ਕੀਤੀ ਪ੍ਰੋਡਕਸ਼ਨ ਹਾਊਸ ਦੀ? ਹਾਂਜੀ, ਪੰਜਾਬੀ ਤੋਂ ਹੀ ਕੀਤੀ ਸੀ। ਅਸੀਂ ਡਿਸਟ੍ਰੀਬਿਊਟ ਪਹਿਲੇ ਕਰਦੇ ਹੁੰਦੇ ਸੀਗੇ, ਫਿਰ ਡਿਸਟ੍ਰੀਬਿਊਟ ਵੀ ਬੰਦ ਕਰਤਾ ਤੇ ਲੌਸ ਪੈ ਗਿਆ, ਕੋਈ ਗਲਤ ਫਿਲਮ ਲੈ ਲਈ। ਡਿਸਟ੍ਰੀਬਿਊਸ਼ਨ ਹਾਊਸ ਤੁਹਾਡੇ ਕਦੋਂ ਤੋਂ ਸੀ, ਕਦੋਂ ਤੋਂ ਡਿਸਟ੍ਰੀਬਿਊਸ਼ਨ ਦਾ ਕੰਮ? 4-5 ਸਾਲ ਪਹਿਲੇ, 2009 ਤੋਂ ਪਹਿਲੇ 4-5 ਸਾਲ ਪਹਿਲੇ ਡਿਸਟ੍ਰੀਬਿਊਟ ਕਰਦੇ ਸੀ। ਬਟ ਇੱਦਾਂ ਹੀ ਕੋਈ 2-3 ਵੱਡੀਆਂ ਫਿਲਮਾਂ ਲੈ ਲਈਆਂ, ਉਹਨਾਂ 'ਚ ਹਿੰਦੀ ਫਿਲਮਾਂ ਲਿੱਤੀਆਂ, ਉਹ 'ਚ ਨੁਕਸਾਨ ਪਾ ਲਿਆ ਤੇ ਨੁਕਸਾਨ ਪਾ ਕੇ ਫਿਰ ਡਿਸਟ੍ਰੀਬਿਊਸ਼ਨ ਬੰਦ ਕਰਤੀ। ਬਟ ਉਹੀ ਕਹਿੰਦੇ ਨਾ, ਫਿਲਮੀ ਕੀੜਾ ਅੰਦਰ ਰਹਿੰਦਾ ਤੇ ਉਹ ਕਿਤੇ ਨਾ ਕਿਤੇ ਉੱਭਰ ਕੇ, ਇੱਦਾਂ ਹੀ ਪੰਜਾਬੀ ਦਾ ਮੌਕਾ ਮਿਲਿਆ ਤੇ ਜਿਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਨਾਲ ਮੇਲ ਕਰਾਦੇ ਰੱਬਾ ਤੋਂ ਕੈਰੀਅਰ ਸ਼ੁਰੂਆਤ ਕੀਤਾ ਜੀ। ਤੇ ਉਹ ਬਾਕਸ ਆਫਿਸ 2010 ਦੇ ਵਿੱਚ ਆਈ ਤੇ ਔਰ ਬਹੁਤ ਸਕਸੈਸ ਹੋਈ। ਸਰ, ਤੁਸੀਂ ਸਿਨੇਮਾ ਘਰਾਂ ਦੀ ਗੱਲ ਕੀਤੀ ਹੈ ਜੀ, ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ 8-10% ਰੇਸ਼ੋ ਹੀ ਹੈ ਜਿਹੜੀ ਹਿੱਟ ਹੋਣ ਦੀ ਹੈ ਜਾਂ ਪੈਸਾ ਵਾਪਿਸ ਆਉਣ ਦੀ। ਇਸ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਸਿੰਗਲ ਸਕਰੀਨ ਤੇ ਮਲਟੀ ਸਕਰੀਨ ਜਿਹੜੇ ਸਿਨੇਮੇ ਬਣ ਚੁੱਕੇ ਆ, ਅੱਜ ਕੱਲ ਮਲਟੀਪਲੈਕਸ ਬਣ ਚੁੱਕੇ ਆ, ਇਹਨਾਂ ਦਾ ਵੀ ਕੋਈ ਪ੍ਰਭਾਵ ਹੈਗਾ? ਜਿੱਦਾਂ ਬਹੁਤ ਸਾਰੀਆਂ ਸਿੰਗਲ ਸਕਰੀਨ ਸਿਨੇਮੇ ਪੰਜਾਬ ਚ ਤਕਰੀਬਨ ਬੰਦ ਹੋ ਚੁੱਕੇ ਆ, ਤੁਹਾਨੂੰ ਲੱਗਦਾ ਇਹ ਕੋਈ ਪ੍ਰਭਾਵ ਹੈ? ਨਹੀਂ, ਉਹ ਉਹ ਚੰਗੀ ਗੱਲ ਹੈ ਕਿ ਮਲਟੀਪਲੈਕਸ ਚੇਨ ਆਈ, ਉਹਦਾ ਤਾਂ ਬੈਨੀਫਿਟ ਹੀ ਹੋਇਆ, ਆਮ ਜਨਤਾ ਨੂੰ ਵੀ ਬੈਨੀਫਿਟ ਹੋਇਆ, ਐਜ਼ ਅ ਸਿਨੇਮਾ ਟ੍ਰੇਡ ਨੂੰ ਵੀ ਬੈਨੀਫਿਟ ਹੋਇਆ। ਉਹਦਾ ਤਾਂ ਮੇਰੇ ਹਿਸਾਬ ਨਾਲ ਕੋਈ, ਮੈਨੂੰ ਨਹੀਂ ਲੱਗਦਾ ਕਿ ਨੁਕਸਾਨ ਹੋਇਆ, ਕਿਉਂਕਿ ਅਗਰ ਸਿੰਗਲ ਸਕਰੀਨ ਅੱਗੇ 1300 ਬੰਦਿਆਂ ਦਾ ਥੀਏਟਰ ਹੁੰਦਾ ਸੀ, 1500 ਬੰਦਿਆਂ ਦਾ ਥੀਏਟਰ ਹੁੰਦਾ ਸੀਗਾ, ਤੇ ਜੇ ਫਿਲਮ ਨਹੀਂ ਚੱਲਦੀ ਤੇ ਬੰਦੇ ਅੰਦਰ 40 ਬੈਠੇ ਹੋਏ, ਤਾਂ ਉਹਨੂੰ 1300 ਦੇ ਏਸੀ ਪਲਾਂਟ ਵੱਡਾ ਚਲਾਉਣਾ ਪੈਂਦਾ ਸੀ, ਬਿਜਲੀ ਦਾ ਖਰਚਾ ਜ਼ਿਆਦਾ ਕਰਨਾ ਪੈਂਦਾ ਸੀਗਾ, ਤੇ ਉਹਨੂੰ ਜੇ ਅਗਰ ਉਹਨੇ ਐਗਰੀਮੈਂਟ ਕਰ ਲਿਆ ਹਫ਼ਤੇ ਲਈ ਲਗਾਉਣ ਦਾ, ਤੇ ਉਹਨੂੰ ਫਿਰ ਫਿਲਮ ਉਹ ਹਫ਼ਤਾ ਚਲਾਉਣਾ ਪੈਂਦਾ ਸੀਗਾ, ਤੇ ਉਹ ਨੁਕਸਾਨ ਹੁੰਦਾ ਸੀ, ਸਿਨੇਮੇ ਵਾਲੇ ਨੂੰ ਨੁਕਸਾਨ ਹੋ ਜਾਂਦਾ। ਜਿਹੜਾ ਮਲਟੀਪਲੈਕਸ ਦਾ ਬਿਜ਼ਨਸ ਮਾਡਲ, ਉਹ ਤਾਂ ਸਕਸੈਸ ਹੈਗਾ, ਸਹੀ ਹੈ, ਔਰ ਮੇਰੇ ਹਿਸਾਬ ਨਾਲ ਉਹਦੇ ਵਿੱਚ ਪਰਸੈਂਟੇਜ ਦੇ ਵਿੱਚ ਚੇਂਜ ਕਰਨ ਦੀ ਲੋੜ ਹੈਗੀ, ਕਿਉਂਕਿ ਸਿਨੇਮਾ ਵਾਲੇ ਦੇ ਕੋਲ ਨਾ ਪਰਸੈਂਟੇਜ ਬਹੁਤ ਜ਼ਿਆਦਾ ਚੱਲ ਜਾਂਦੀ ਹੈ। 52% ਫਸਟ ਵੀਕ ਲੈ ਲੈਂਦਾ, ਸੈਕਿੰਡ ਵੀਕ 62 ਲੈ ਲੈਂਦਾ, ਤੇ ਥਰਡ ਵੀਕ 70 ਲੈ ਲੈਂਦਾ, ਉਹ ਪਰਸੈਂਟੇਜ ਬਹੁਤ ਜ਼ਿਆਦਾ ਹੈ। ਉੱਥੇ ਥੋੜ੍ਹੀ ਬਹੁਤੀ ਕਰੈਕਸ਼ਨ ਦੀ ਲੋੜ ਹੈ, ਜਿਹਦੇ ਵਿੱਚ, ਕਿਉਂਕਿ ਫਿਲਮਾਂ ਅੱਜ ਕੱਲ੍ਹ ਬੰਨੀਆਂ ਬਹੁਤ ਮਹਿੰਗੀ ਹੋ ਗਈਆਂ, ਕੋਸਟਲੀ ਹੋ ਗਈਆਂ, ਪ੍ਰੋਡਕਸ਼ਨ ਕੋਸਟ ਕੋਸਟਲੀ ਹੋ ਗਈ, ਐਕਟਰਾਂ ਦੇ ਰੇਟ ਵੱਧ ਗਏ, ਟੈਕਨੀਸ਼ੀਅਨਾਂ ਦੇ ਰੇਟ ਵੱਧ ਗਏ, ਤੇ ਇਸ ਕਰਕੇ ਜਿਹੜੀ ਫਿਲਮ ਅੱਜ ਤੋਂ ਪਹਿਲੇ ਇੱਕ ਐਕਸ ਵੈਲਿਊ ਦੀ ਬਣਦੀ ਸੀਗੀ, ਤਾਂ ਉਹ ਹੁਣ 35-40% ਕੋਸਟ ਮਹਿੰਗੀ ਹੋ ਗਈ, ਤੇ ਉਹ ਬਟ ਬਿਜ਼ਨਸ ਮਾਡਲ ਉਹੀ ਚੱਲੀ ਜਾ ਰਿਹਾ ਹੈਗਾ। ਤੇ ਨੋ ਡਾਊਟ ਸਿਨੇਮੇ ਵਾਲਿਆਂ ਦੇ ਵੀ ਖਰਚੇ ਵਧੇ ਆ, ਬਟ ਪਰਸੈਂਟੇਜ ਫਿਲਮ ਮੇਕਿੰਗ ਕੋਸਟਲੀ ਹੋ ਗਈ ਹੈ, ਉਹਨਾਂ ਦੇ ਕੰਪੈਰੀਟਿਵਲੀ ਫਿਲਮ ਮੇਕਿੰਗ ਜ਼ਿਆਦਾ ਕੋਸਟਲੀ ਹੋ ਗਈ। ਕਿੰਨੀਆਂ ਕੁ ਫਿਲਮਾਂ ਨੇ ਸਰ ਜਿਹੜੀਆਂ ਓਰੀ ਪ੍ਰੋਡਕਸ਼ਨ ਦੇ ਅੰਡਰ ਹੁਣ ਤੱਕ ਪ੍ਰੋਡਿਊਸ ਕਰ ਚੁੱਕੇ ਹੋ? ਅਸੀਂ 10 ਫਿਲਮਾਂ ਕਰ ਚੁੱਕੇ ਨੇ ਆਪਣੀਆਂ ਜਿਹੜੀਆਂ, ਬਟ ਕਈ ਪਿਕਚਰਾਂ 10 ਤਾਂ ਅਸੀਂ ਆਪਣੀਆਂ ਕੀਤੀਆਂ ਹੈਗੀਆਂ, ਜੇ ਕਈ ਪਿਕਚਰਾਂ ਦੇ ਵਿੱਚ ਅਸੀਂ ਐਜ਼ ਏ ਬਾਅਦ 'ਚ ਐਜ਼ ਏ ਬਿਜ਼ਨਸ ਪਾਰਟਨਰ ਜੁੜ ਕੇ ਕੀਤੀਆਂ ਹੈਗੀਆਂ, ਇੱਦਾਂ ਤਾਂ 20 ਹੋਣਗੀਆਂ ਜੀ, ਜਿਹਨਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਫਾਈਨੈਂਸ ਦੀ ਇਨਵੋਲਵਮੈਂਟ ਰਹੀ ਹੈ, ਚਾਹੇ ਉਹ P&A ਕੋਸਟ ਲਗਾਇਆ, ਚਾਹੇ ਉਹ ਪੋਸਟ ਪ੍ਰੋਡਕਸ਼ਨ ਕਰਵਾਈ, ਚਾਹੇ ਉਹਨਾਂ ਪਾਰਟਨਰਸ਼ਿਪਸ ਕੀਤੀ। ਤੁਸੀਂ ਕੋਸਟ ਦਾ ਜ਼ਿਕਰ ਕੀਤਾ ਸਰ, ਜਿਹੜੀਆਂ ਪੰਜਾਬੀ ਸਿਨੇਮਾ ਆ, ਪੰਜਾਬੀ ਫਿਲਮਾਂ ਆ, ਇਹਨਾਂ ਦਾ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਬਜਟ ਹੈ? ਐਕਚੁਲੀ ਬਜਟ ਤਾਂ ਮੇਕਿੰਗ 'ਤੇ ਉਨਾ ਪੈਸਾ ਨਹੀਂ ਜਾਂਦਾ ਜੀ, ਮੇਕਿੰਗ 'ਤੇ ਤਾਂ ਪ੍ਰੋਡਕਸ਼ਨ ਕੋਸਟ ਮੈਂ ਤੁਹਾਨੂੰ ਕਹੂੰਗਾ ਕਿ ਇੰਨੀ ਜ਼ਿਆਦਾ ਨਹੀਂ, ਬਟ ਆਰਟਿਸਟ ਰਾਈਟਰਸ ਡਾਇਰੈਕਟਰ ਉਹ ਬਹੁਤ ਮਹਿੰਗੇ ਹੋ ਗਏ, ਤੇ ਜੇ ਕੋਈ ਕਿਸੇ ਵੀ ਰਾਈਟਰ ਡਾਇਰੈਕਟਰ ਔਰ ਐਕਟਰ ਦੀ ਫਿਲਮ ਚੱਲਦੀ ਹੈ ਤੇ ਉਹ ਰੀਚ ਤੋਂ ਬਾਹਰ ਹੋ ਜਾਂਦਾ ਇੱਕ ਨੋਰਮਲ ਫਿਲਮ ਮੇਕਰ ਦੇ। ਹੁਣ ਉਹ ਫਿਲਮ ਚੱਲਦੀ ਹੈ, ਉਹਦਾ ਪ੍ਰਭਾਵ ਇਹ ਪੈਂਦਾ ਹੈ ਕਿ ਨਵੇਂ ਲਾਈਨ ਤੋਂ, ਆਪਣੀ ਲਾਈਨ ਤੋਂ ਹਟ ਕੇ ਬੰਦੇ ਜਿਹੜੇ ਕੋਈ ਬਿਲਡਰ ਹੈ, ਕੋਈ ਇੰਡਸਟਰੀਅਲਿਸਟ ਹੈ, ਕੋਈ NRI ਬੰਦਾ ਹੈਗਾ, ਜਿਹਨਾਂ ਨੂੰ ਲਾਈਨ ਥੋੜੀ ਲਾਈਮ ਲਾਈਟ ਜੀ ਲੁਕਰੇਟਿਵ ਲੱਗਦੀ ਹੈ,
ਬਟ ਜਦੋਂ ਤੱਕ ਉਹ ਅੰਦਰ ਪੂਰੀ ਤਰ੍ਹਾਂ ਵੜਦਾ ਹੈਗਾ ਉਹਨੂੰ ਪਤਾ ਨਹੀਂ ਲੱਗ ਪੈਂਦਾ ਕਿੰਨੀ ਲਾਈਮਲਾਈਟ ਹੈ ਕਿੰਨੀ ਲੁਕਰੇਟਿਵ ਹੈ ਕਿਉਂਕਿ ਪੈਸੇ ਖਰਚਨੇ ਕਰਨੇ ਬਹੁਤ ਆਸਾਨ ਹੈ ਰਿਕਵਰ ਕਰਨੇ ਇਸ ਬਿਜ਼ਨਸ ਚੋਂ ਟਫ ਹੈ ਈਜ਼ੀ ਨਹੀਂ ਹੈ ਮੈਂ ਤਾਂ ਇਹੀ ਕਹੂੰਗਾ ਸਰ ਇੱਕ ਹੋਰ ਅਹਿਮ ਜਿਹਾ ਸਵਾਲ ਹੈ ਵੀ ਜਦੋਂ ਵੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਸਿਨੇਮਾ ਹੋਵੇ ਜਾਂ ਹਿੰਦੀ ਸਿਨੇਮਾ ਜੋ ਵੀ ਬੰਦਾ ਪ੍ਰੋਡਿਊਸਰ ਉਹਨਾਂ ਨੂੰ ਮਿਲਦਾ ਤਾਂ ਹਮੇਸ਼ਾ ਉਹਨਾਂ ਨੂੰ ਪੈਸਿਆਂ ਦੀ ਗੁਥਲੀ ਦੇ ਹਿਸਾਬ ਨਾਲ ਹੀ ਸਮਝਦੇ ਆ ਕਿ ਪ੍ਰੋਡਿਊਸਰ ਘੱਟ ਤੇ ਪੈਸਿਆਂ ਦਾ ਭੰਡਾਰ ਹੈ ਇਸ ਬੰਦੇ ਨੂੰ ਜਿੰਨਾ ਹੋ ਸਕੇ ਲੁੱਟ ਲਿਆ ਜਾਵੇ ਤੁਸੀਂ ਵੀ ਇਹ ਗੱਲ ਨਾਲ ਸਹਿਮਤ ਬਿਲਕੁਲ ਸਹਿਮਤ ਹੈ ਜੀ ਕਿਉਂਕਿ ਨਾ ਇੱਥੇ ਪਤਾ ਨਹੀਂ ਇਹ ਟ੍ਰੇਡ ਨੂੰ ਕੀ ਵਿਰਾਸਤ ਹੈ ਕਿਉਂਕਿ ਜਿਹੜੇ ਵੀ ਬੰਦੇ ਇਸ ਪ੍ਰੋਡਕਸ਼ਨ ਲਾਈਨ ਨਾਲ ਜੁੜੇ ਹੈ ਚਾਹੇ ਉਹ ਕੋਈ ਲਾਈਟ ਮੈਨ ਹੈ ਚਾਹੇ ਉਹ ਕੋਈ ਵੀ ਵੈਂਡਰ ਹੈਗਾ ਖਾਣਾ ਦੇ ਰਿਹਾ ਚਾਹੇ ਉਹ ਇੱਕ ਤਰ੍ਹਾਂ ਯੂਨੀਫਾਰਮ ਰੇਟ ਲੈ ਕੇ ਨਹੀਂ ਕਿਸੇ ਨੂੰ ਮਿਖਦਾ ਕਿ ਨਵਾਂ ਪ੍ਰੋਡਿਊਸਰ ਹੈ ਤਾਂ ਉਹਨੂੰ ਮਹਿੰਗਾ ਲਾ ਦਿੰਦੇ ਆ ਜੇ ਰੈਗੂਲਰ ਪ੍ਰੋਡਿਊਸਰ ਉਹਨੂੰ ਘਟਾ ਦਿੰਦੇ ਆ ਮੇਰੇ ਹਿਸਾਬ ਨਾਲ ਉਹ ਫੇਅਰਨੈਸ ਚਾਹੀਦੀ ਹੈ ਕਿ ਜੋ ਉਹਨਾਂ ਦੀ ਕੋਸਟ ਹੈ ਉਹ ਸਿਚੁਏਸ਼ਨ ਦੇ ਹਿਸਾਬ ਨਾਲ ਚਾਹੇ ਕੋਈ ਵੀ ਡਿਪਾਰਟਮੈਂਟ ਇਸ ਫੀਲਡ ਦੇ ਵਿੱਚ ਜੁੜਿਆ ਜੀ ਕੋਈ ਮਾਪਦੰਡ ਨਹੀਂ ਹੈਗਾ ਕਿ ਆਪਾਂ ਕਿਹਾ ਜਾਵੇ ਕਿ ਇਹਦੇ ਪੈਸੇ ਇੰਨੇ ਕੁ ਹੋਣੇ ਚਾਹੀਦੇ ਹਰ ਬੰਦਾ ਆਪਣਾ ਸਾਹਮਣੇ ਵਾਲਾ ਪ੍ਰੋਡਿਊਸਰ ਦੇਖ ਕੇ ਉਹਦੇ ਹਿਸਾਬ ਨਾਲ ਉਹਨੂੰ ਚਪੇਟ ਲਗਾਉਂਦਾ ਹੈਗਾ ਔਰ ਬਹੁਤ ਜ਼ਿਆਦਾ ਇੱਥੇ ਐਕਸਪਲੋਇਟੇਸ਼ਨ ਵੀ ਹੈਗੇ ਆ ਥੋੜ੍ਹੇ ਜਿਹੇ ਪੈਸੇ ਦੇ ਬੈਨੀਫਿਟ ਲਈ ਪ੍ਰੋਡਿਊਸਰਸ ਨੂੰ ਐਕਸਪਲੋਇਟ ਕਰਦੇ ਮੇਰੇ ਹਿਸਾਬ ਨਾਲ ਉਹ ਗਲਤ ਬੰਦੇ ਟ੍ਰੇਡ ਦੇ ਵਿੱਚੋਂ ਬਾਈਕਆਊਟ ਕਰ ਦੇਣੇ ਚਾਹੀਦੇ ਜਾਂ ਕੱਢ ਦੇਣੇ ਚਾਹੀਦੇ ਜਾਂ ਤਾਂ ਕਿ ਆਉਣ ਵਾਲੇ ਨਵੇਂ ਪ੍ਰੋਡਿਊਸਰਸ ਵੀ ਜਿਹੜੇ ਇਨਵੈਸਟ ਕਰਨ ਉਹਨਾਂ ਨੂੰ ਫੇਅਰ ਔਰ ਸਾਫ਼ ਸੁਥਰਾ ਮਾਹੌਲ ਤਾਂ ਮਿਲੇ ਬਟ ਹੁਣ ਚੱਲੀ ਜਾਂਦੇ ਹਰ ਬੰਦਾ ਆਪਣੀ ਦੁਕਾਨ ਚਲਾਈ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਡਮ ਕਿ ਮੇਰੇ ਨਾਲ ਠੱਗੀ ਹੋਈ ਹੈ ਪਤਾ ਉਦੋਂ ਲੱਗਦਾ ਕਿ ਜਦੋਂ ਫਿਲਮ ਰਿਲੀਜ਼ ਹੋ ਜਾਂਦੀ ਫਿਲਮ ਨਹੀਂ ਚੱਲਦੀ ਉਹ ਕਹਿੰਦਾ ਮੇਰਾ 3 ਕਰੋੜ ਦਾ ਨੁਕਸਾਨ ਹੋ ਗਿਆ ਕਹਿੰਦਾ ਮੇਰਾ 5 ਕਰੋੜ ਦਾ ਨੁਕਸਾਨ ਹੋ ਗਿਆ ਤੇ ਉਹੀ ਫਿਲਮ ਜਿਹੜੀ 3 ਕਰੋੜ ਦੀ ਉਹਨੇ ਬਣਾਈ ਹੁੰਦੀ ਇੱਕ ਰੈਗੂਲਰ ਪ੍ਰੋਡਿਊਸਰ 2 ਕਰੋੜ 2.5 ਕਰੋੜ ਦੀ ਬਣਾ ਲੈਂਦਾ ਹੈ ਥੋੜੇ ਥੋੜੇ ਪੈਸੇ ਹਰ ਜਗ੍ਹਾ ਹੀ ਬਚਾਉਂਦਾ ਹੈ ਰੈਗੂਲਰ ਪ੍ਰੋਡਿਊਸਰ ਇਹ ਸਮਝਦਾ ਹੈਗਾ ਕਿ ਮੈਨੂੰ ਗੱਡੀਆਂ 8 ਚਾਹੀਦੀਆਂ 6 ਚਾਹੀਦੀਆਂ ਜਾਂ 10 ਚਾਹੀਦੀਆਂ ਨਵੇਂ ਪ੍ਰੋਡਿਊਸਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ 13-13 ਗੱਡੀਆਂ ਚੱਲਣੀਆਂ ਹੁੰਦੀਆਂ 14-14 ਗੱਡੀਆਂ ਚੱਲਣੀਆਂ ਹੁੰਦੀਆਂ ਜੇ ਕਰੂ 70 ਬੰਦੇ ਨਾਲ ਚਲਾ ਸਕਦਾ ਤੇ ਉਹ 100-100 ਬੰਦਾ ਕਰੂ ਹੋ ਜਾਂਦਾ 150 ਬੰਦਾ ਕਰੂ ਹੋ ਜਾਂਦਾ ਪਤਾ ਹੀ ਨਹੀਂ ਲੱਗ ਪਾਉਂਦਾ ਉਹਨੂੰ ਜਦ ਤੱਕ ਪਤਾ ਲੱਗਦਾ ਉਦੋਂ ਤੱਕ ਦੇਰ ਹੋ ਜਾਂਦੀ ਹੈ ਇੱਕ ਆਪਣੇ ਆਪ 'ਚ ਐਕਸਪਰਟਾਈਜ਼ ਲਾਈਨ ਹੈ ਮੇਰੇ ਹਿਸਾਬ ਨਾਲ ਆਉਣ ਵਾਲੇ ਟਾਈਮ 'ਚ ਇਹ ਪ੍ਰੋਡਕਸ਼ਨ ਦੇ ਵੀ ਐਕਸਪਰਟ ਔਰ ਐਕਸਪੀਰੀਅੰਸ ਬੰਦੇ ਆਉਣ ਕੇ ਜਿਹੜੀ ਇੱਕ ਰਿਸਪੋਂਸੀਬਿਲਟੀ ਕੰਟਰੈਕਟ ਦੀ ਤਰ੍ਹਾਂ ਲੈਣਗੇ ਕਿ ਤੁਹਾਨੂੰ ਪੂਰੀ ਪ੍ਰੋਡਕਸ਼ਨ ਕਰਕੇ ਦੇਣਗੇ ਆਪਣੀ ਫੀਸ ਲੈਣ ਮੇਰੇ ਹਿਸਾਬ ਨਾਲ ਔਰ ਆਪਣੀ ਐਕਸਪੀਰੀਅੰਸ ਔਰ ਸਰਵਿਸਿਸ ਦੇ ਕੇ ਪ੍ਰੋਡਿਊਸਰ ਖਰਚੇ ਨੂੰ ਬਚਾ ਪੰਜਾਬ ਇੱਕ ਰੀਜਨਲ ਸਿਨੇਮਾ ਹੈ ਇੱਕ ਰੀਜਨਲ ਸਿਨੇਮਾ ਔਰ ਫਿਰ ਵੀ ਲੋਕ ਇਹਦੇ ਤੇ ਪੈਸਾ ਇਨਵੈਸਟ ਕਰਦੇ ਆ ਕੀ ਸੋਚ ਕੇ ਉਹ ਇਸ ਕਰਕੇ ਇਨਵੈਸਟ ਕਰਦੇ ਆ ਥੋੜਾ ਕਲਚਰ ਪੰਜਾਬ ਦਾ ਪੰਜਾਬੀ 뮤직 ਬਹੁਤ ਸਟਰੋਂਗ ਪਕੜ ਹੈ ਪੰਜਾਬੀ ਆਮ ਬੰਦੇ ਦੀ ਔਰ ਹਿੰਦੀ ਦੇ ਵਿੱਚ ਵੀ ਪੰਜਾਬੀ 뮤직 ਯੂਜ਼ ਹੋਣ ਲੱਗ ਪਿਆ ਔਰ ਜਿਹੜੇ ਬਾਲੀਵੁੱਡ 'ਚ ਵੀ ਬੰਦੇ ਜਿਹੜੇ ਕੰਮ ਕਰ ਰਹੇ ਪ੍ਰੋਡਕਸ਼ਨ ਹਾਊਸ ਚਲਾ ਰਹੇ ਜਾਂ ਜਿਹੜੇ ਬਹੁਤ ਸਾਰੇ ਡਾਇਰੈਕਟਰ ਹੈ ਹੀਰੋ ਹੈ ਪੰਜਾਬ ਨਾਲ ਕਿਤੇ ਨਾ ਕਿਤੇ ਡਾਇਰੈਕਟ ਔਰ ਇਨਡਾਇਰੈਕਟ ਜੁੜੇ ਹੋਏ ਆ ਉਹਨਾਂ ਐਨਸੈਸਟਰਲ ਕਿਤੇ ਨਾ ਕਿਤੇ ਪੰਜਾਬ ਹੈਗਾ ਹੀ ਹੈ ਚਾਹੇ ਉਹ ਆਪ ਉਹ ਪੰਜਾਬ ਤੋਂ ਚਾਹੇ ਉਹਨਾਂ ਦੀ ਪਿਛਲੀ ਜਨਰੇਸ਼ਨ ਪੰਜਾਬ ਤੋਂ ਪੰਜਾਬੀ ਕਲਚਰ ਤਾਂ ਕਿਸੇ ਨਾ ਕਿਸੇ ਤਰ੍ਹਾਂ ਹਿੰਦੀ 'ਚ ਵੀ ਜੁੜਿਆ ਹੋਇਆ ਅਤੇ ਬਟ ਹਿੰਦੀ 'ਚ ਜੇ ਖਰਚਾ ਹੁੰਦਾ ਉਹਦਾ ਰੈਵਨਿਊ ਸੋਰਸਿਸ ਬਹੁਤ ਜ਼ਿਆਦਾ ਹੈਗੇ ਉਹਦੀ ਐਕਸਪਲੋਇਟੇਸ਼ਨ ਰਾਈਟਸ ਦੀ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈਗੀ ਅਤੇ ਉਹਨਾਂ ਦੇ ਰਾਈਟਸ ਦੀ ਵੈਲਿਊ ਬਹੁਤ ਹੈ ਇੱਥੇ ਪੰਜਾਬੀ ਦੇ ਸਿਨੇਮੇ ਦੇ ਫਿਲਮਾਂ ਜ਼ਰੂਰ 7-7-8-8 ਕਰੋੜ ਦੀ ਵੀ ਬਣਦੀ ਬਟ ਰਾਈਟਸ ਦੀ ਵੈਲਿਊ ਨਹੀਂ ਹੈਗੀ ਅਤੇ ਹਿੰਦੀ ਦੇ ਵਿੱਚ ਰਾਈਟਸ ਦੀ ਵੈਲਿਊ ਬਹੁਤ ਹੈ ਟੀ ਵੀ ਚੈਨਲਸ ਬਹੁਤ ਹੈ ਹਿੰਦੀ ਦੇ ਵਿੱਚ ਜਿਹੜੇ ਕਿ ਰਾਈਟਸ ਨੂੰ ਬਾਏ ਕਰਨ ਲਈ ਕੰਪੀਟੀਟ ਕਰਦੇ ਹੈਗੇ ਕਿ ਜੇ ਹਿੰਦੀ ਫਿਲਮ ਕੋਈ ਵੀ ਕੋਈ ਐਕਸ ਹੀਰੋ ਵੱਡੇ ਹੀਰੋ ਨਾਲ ਬਣੀ ਹੈ ਸਟਾਰ ਵੀ ਹੁਣ ਬਾਏ ਕਰਨ ਲਈ ਦੌੜ 'ਚ ਹੁੰਦਾ ਜ਼ੀ ਵੀ ਹੁੰਦਾ ਕਲਰਸ ਵੀ ਹੁੰਦਾ ਐਂਡ ਵੱਡੇ ਚੈਨਲਸ ਉਹਦੇ ਕੇਸ ਦੇ ਵਿੱਚ ਐਜ ਏ ਪ੍ਰੋਡਕਸ਼ਨ ਕੰਪਨੀ ਨੂੰ ਬੈਨੀਫਿਟ ਹੁੰਦਾ ਕਿ ਉਹਦੇ ਰਾਈਟਸ ਬੰਦੇ ਬੰਦੀ ਪਿਕਚਰ ਦੇ ਵਿੱਚ ਵਿਕ ਜਾਂਦੇ ਜਿਹੜਾ ਕਿ ਪ੍ਰੋਡਕਸ਼ਨ ਹਾਊਸ ਨੂੰ ਬੈਨੀਫਿਟ ਹੁੰਦਾ ਹੈਗਾ ਬਟ ਪੰਜਾਬੀ ਦੇ ਵਿੱਚ ਇੱਦਾਂ ਨਹੀਂ ਹੈਗਾ ਕਿਉਂਕਿ ਰਾਈਟਸ ਬਾਏ ਕਰਨ ਵਾਲੇ ਲਿਮਿਟਡ ਬੰਦੇ ਆ ਚੈਨਲਸ ਵੀ ਲਿਮਿਟਡ ਹੈ ਅਤੇ ਔਰ ਉਹ ਰਾਈਟਸ ਦੀ ਵੈਲਿਊ ਵੀ ਬਹੁਤ ਲਿਮਿਟਡ ਹੀ ਮਿਲਦੀ ਹੈ ਪ੍ਰੋਡਿਊਸਰਸ ਨੂੰ ਸਾਰੀ ਡਿਪੈਂਡੈਂਸ ਔਨ ਥੀਏਟਰ ਚਲੇ ਜਾਂਦੀ ਅਤੇ ਥੀਏਟਰ ਦੇ ਵਿੱਚ ਜਦੋਂ ਚਲੇ ਜਾਂਦੇ ਆ ਤਾਂ ਉਹ
ਕੰਟੈਂਟ ਤੇ ਹੀ ਸਾਰਾ ਡਿਪੈਂਡੈਂਸ ਹੈ ਕਿ ਜੇ ਕੰਟੈਂਟ ਲੋਕਾਂ ਨੂੰ ਪਸੰਦ ਹੈ ਤਾਂ ਪ੍ਰੋਡਿਊਸਰ ਉਹਦੇ ਪੈਸੇ ਕੋਸਟ ਕੱਟ ਪਾਊਗਾ, ਜੇ ਕੰਟੈਂਟ ਨਹੀਂ ਪਸੰਦ ਹੈ ਤਾਂ ਲੋਸ ਹੋਊਗਾ ਹੀ ਹੋਊਗਾ, ਚਾਹੇ ਉਹ ਮੈਂ ਚਾਹੇ ਕੋਈ ਹੋਰ। ਸਰ ਤੁਹਾਡੇ ਦਿਮਾਗ ਦੇ ਵਿੱਚ ਫਿਲਮ ਜਿਵੇਂ ਹੁਣ ਆਪਾਂ ਹੁਣੇ ਗੱਲ ਕਰ ਰਹੇ ਸੀ ਥੋੜੀ ਦੇਰ ਪਹਿਲਾਂ ਕਿ ਫਿਲਮ ਨੂੰ ਹਿੱਟ ਜਾਂ ਫਲੋਪ ਕਰਨ ਦਾ ਕੋਈ ਕ੍ਰਾਈਟੀਰੀਆ ਅਜੇ ਤੱਕ ਕਿਸੇ ਨੂੰ ਮਿਲਿਆ ਨਹੀਂ, ਫਿਲਮ ਨੂੰ ਚਲਾਉਣ ਦਾ ਅਜੇ ਤੱਕ ਕੋਈ ਵੀ ਹੀਲਾ ਕਿਸੇ ਪ੍ਰੋਡਿਊਸਰ ਡਾਇਰੈਕਟਰ ਦੇ ਹੱਥ ਨਹੀਂ ਲੱਗਿਆ, ਇਹ ਇੱਕ ਜੂਆ ਹੈ ਜੇ ਪੰਜਾਬੀ ਦੇ ਵਿੱਚ ਕਹਿ ਲਿਆ ਜਾਏਗਾ। ਕੀ ਤੁਹਾਡੀ ਨਜ਼ਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਖਿਆਲ ਹੈ ਜਿਹਦੇ ਨਾਲ ਫਿਲਮਾਂ ਨੂੰ ਹੋਰ ਗਤੀ ਦਿੱਤੀ ਜਾ ਸਕਦੀ ਹੈ, ਲੋਕ ਵੱਧ ਤੋਂ ਵੱਧ ਫਿਲਮਾਂ ਨਾਲ ਜੁੜਨ, ਉਹਨਾਂ ਨੂੰ ਪਸੰਦ ਕਰਨ, ਜਿੰਨਾ ਤੱਕ ਫਿਲਮ ਅਜੇ ਪਹੁੰਚ ਨਹੀਂ ਰਹੀ, ਬਹੁਤ ਬਹੁ ਗਿਣਤੀ ਪੇਂਡੂ ਤਬਕਾ ਜਿਹੜੇ ਫਿਲਮਾਂ ਨੂੰ ਦੇਖਣ ਨਹੀਂ ਜਾ ਪਾ ਰਹੇ ਮਹਿੰਗੀ ਹੋਣ ਦੇ ਕਾਰਨ, ਕੀ ਕੋਈ ਹੋਰ ਤੁਹਾਡੇ ਦਿਮਾਗ 'ਚ ਖਿਆਲ ਹੈ ਇਸ ਤਰ੍ਹਾਂ ਦਾ ਕਿ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ? ਵੈਸੇ ਸਿਨੇਮਾ ਘਰ ਤਾਂ ਹਰ ਛੋਟੇ ਰਿਮੋਟ ਜਿੱਥੇ ਪਾਪੂਲੇਸ਼ਨ ਲੱਖ ਡੇਢ ਲੱਖ ਬੰਦੇ ਦੀ ਹੈਗੀ ਹੈ, ਮੈਨੂੰ ਤਾਂ ਲੱਗਦਾ ਕਿ ਹਰ ਜਗ੍ਹਾ ਮਲਟੀਪਲੈਕਸ ਦੇ ਬਿਜ਼ਨਸ ਦੇ ਨਾਲ ਕਿਤੇ ਉੱਥੇ ਸਕਰੀਨਾਂ ਵੱਡੀਆਂ ਨਹੀਂ ਆ ਤਾਂ 100-100 ਸੀਟਾਂ ਵਾਲੇ ਤਾਂ ਪੰਜਾਬ ਦੇ ਵਿੱਚ ਤਾਂ ਕਾਫੀ ਮਲਟੀਪਲੈਕਸ ਚੇਨ ਨੇ ਸਪਰੈਡ ਹੋਇਆ, ਔਰ ਡਿਜੀਟਲ ਪਲੈਟਫਾਰਮਸ ਦੇ ਵਿੱਚ ਵੀ ਯੂਟਿਊਬ ਮੈਨੂੰ ਤਾਂ ਲੱਗਦਾ ਹਰ ਘਰ ਦੇ ਵਿੱਚ ਯੂਜ਼ ਹੁੰਦਾ ਹੈਗਾ। ਹਾਂ, ਹਰਿਆਣਾ ਦੇ ਵਿੱਚ ਬਹੁਤ ਲੋੜ ਹੈ, ਹਰਿਆਣਾ 'ਚ ਹਜੇ ਵੀ ਸਿਨੇਮਾ ਦੀ ਘਾਟ ਹੈ ਅਤੇ ਹਿਮਾਚਲ 'ਚ ਘਾਟ ਹੈ, ਅਤੇ ਇੱਥੇ ਮੈਨੂੰ ਲੱਗਦਾ ਸਿਨੇਮੇ ਹੋਰ ਹੋਣੇ ਚਾਹੀਦੇ। ਸਰ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਦੇਣਾ ਚਾਹੁੰਦਾ? ਮੈਂ ਤਾਂ ਇਹੀ ਕਹੂੰਗਾ ਕਿ ਕਦੇ ਵੀ ਕੋਈ ਫਿਲਮ ਬਣਾਉਣੀ ਹੈ ਉਹਦਾ ਹੋਮਵਰਕ ਜ਼ਰੂਰ ਕਰੋ, ਉਹਦੀ ਸਟੱਡੀ ਜ਼ਰੂਰ ਕਰੋ, ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਮਿਲੋ ਉਸ ਰਿਲੇਟਡ ਟ੍ਰੇਡ ਲਈ, ਫਿਰ ਡਿਸੀਜਨ ਲਓ। ਕਿਸੇ ਦੀ ਇੱਕ ਬੰਦੇ ਦੋ ਬੰਦਿਆਂ ਦੀ ਗੱਲਾਂ ਦੇ ਵਿੱਚ ਆ ਕੇ ਗਲਤ ਜਗ੍ਹਾ 'ਤੇ ਇਨਵੈਸਟ ਨਾ ਕਰੋ, ਕਿਉਂਕਿ ਹਰ ਬੰਦਾ ਕਹਿੰਦਾ ਕਿ ਇੱਥੇ ਇਨਵੈਸਟ ਕਰਨ ਵੇਲੇ ਆਪਾਂ 3 ਕਰੋੜ ਦੀ ਫਿਲਮ ਬਣਾਉਣੀ ਹੈ ਤਾਂ 3 ਕਰੋੜ ਰਿਕਵਰ ਕਰ ਲੈਣੇ ਆ, ਕਿ ਜੱਟ ਐਂਡ ਜੂਲੀਅਟ ਨੇ ਇਹ ਕਰਤਾ, ਕੈਰੀ ਔਨ ਜੱਟਾਂ ਨੇ 50 ਕਰੋੜ ਦਾ ਧੰਦਾ ਕਰਤਾ। ਸੋ ਇਹ ਸਨ ਸਾਡੇ ਨਾਲ ਵਿਵੇਕ ਓਹਰੀ ਜੀ, ਓਹਰੀ ਪ੍ਰੋਡਕਸ਼ਨ ਦੇ ਮਾਲਕ, ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਹੁਣ ਹੋਰ ਵੀ ਬਹੁਤ ਫਿਲਮਾਂ ਪ੍ਰੋਡਿਊਸ ਕਰ ਰਹੇ ਨੇ। ਹਾਲੀਆ ਹੀ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ ਫਿਲਮ ਬਲੈਕੀਆ ਦੇ ਸੈੱਟ 'ਤੇ, ਜਿਹੜੀ ਫਿਲਮ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਸੁਖਾਨੰਦ 'ਚ। ਇਸੇ ਤਰ੍ਹਾਂ ਦੀਆਂ ਹੋਰ ਮੁਲਾਕਾਤਾਂ ਅਤੇ ਇਸੇ ਤਰ੍ਹਾਂ ਦੇ ਜ਼ਹੀਨ ਅਤੇ ਫਿਲਮੀ ਲੋਕਾਂ ਦੇ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ, ਉਹਨਾਂ ਦੇ ਪ੍ਰੋਫੈਸ਼ਨ ਦੇ ਬਾਰੇ ਹੋਰ ਗੱਲਾਂ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ ਸਾਡੇ ਚੈਨਲ ਫਿਲਮ ਵਾਰਤਾ 'ਤੇ। ਅੱਛਾ ਸੁਣੋ, ਸਬਸਕ੍ਰਾਈਬ ਕਰਤੇ ਵਕਤ ਨਾ ਘੰਟੀ ਬਜਾ ਦੇਣਾ, ਤਾਂ ਕਿ ਜਬ ਮੈਂ ਆਨਲਾਈਨ ਆਊਂ ਤਾਂ ਤੁਹਾਰੇ ਫੋਨ ਕੀ ਵੀ ਘੰਟੀ ਬਜੇ।